ਮੈਂ ਸਾਰੀ ਚੀਜ਼ਾਂ ਦੱਸਾਂਗੇ, ਹਾਂਜੀ, ਸ਼ੁਕਰਾਨਾ ਕਰਨ ਆਏ ਹਾਂ, ਕੋਸ਼ਿਸ਼ਾਂ ਹੋ ਰਹੀਆਂ, ਜੋ ਵੀ ਪੰਜਾਬ ਦੀ ਭਲਾਈ ਵਾਸਤੇ ਸਾਡੇ ਨਾਲ ਆਉਣਾ ਚਾਹੁੰਦਾ ਉਹਦਾ ਸਭ ਦਾ ਸੋ। ਕੁਛ ਸਾਥੀ ਇਸ ਤਰ੍ਹਾਂ ਦੇ ਵੀ ਸੀਗੇ ਜਿਹੜੇ ਕਿਸੇ ਨੇ ਗੁਮਰਾਹ ਕੀਤਾ, ਪਰਾਂ ਚਲੇ ਗਏ। ਮੈਂ ਸਮਝਦਾ ਕਿ ਉਹਨਾਂ ਨੂੰ ਉਹਨਾਂ ਦਾ ਆਪਦਾ ਪਰਿਵਾਰ, ਉਹਨਾਂ ਦਾ ਪਾਰਟੀ, ਉਹਨਾਂ ਨੂੰ ਦੁਬਾਰਾ ਪਾਰਟੀ ਦੇ ਵਿੱਚ ਆਉਣਾ ਚਾਹੀਦਾ। ਜਾਂ ਆਮ ਆਦਮੀ ਪਾਰਟੀ ਹੋਵੇ, ਚਾਹੇ ਕੋਈ ਹੋਰ ਕੋਈ ਸੰਗਠਨ ਹੋਵੇ, ਮੈਂ ਮੇਰਾ ਬੜਾ ਖੁੱਲ੍ਹਾ ਮਨ ਹੈਗਾ ਔਰ ਮੈਂ ਵਿਚਾਰ ਕਰਨ ਨੂੰ ਤਿਆਰ ਹੈਗਾ। ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਬਾਗੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਮੁੜ ਤੋਂ ਆਮ ਆਦਮੀ ਪਾਰਟੀ ਵਿੱਚ ਜਾਣ ਦੇ ਸੰਕੇਤ ਦਿੱਤੇ ਨੇ। ਆਮ ਆਦਮੀ ਪਾਰਟੀ ਦੇ ਨਵੇਂ ਪੰਜਾਬ ਇੰਚਾਰਜ ਜਰਨੈਲ ਸਿੰਘ ਵੱਲੋਂ ਆਪਣੇ ਰੁੱਸੇ ਆਗੂਆਂ ਨੂੰ ਮਨਾਉਣ ਦੇ ਬਿਆਨ ਤੋਂ ਬਾਅਦ ਹੁਣ ਡਾਕਟਰ ਗਾਂਧੀ ਨੇ ਵੀ ਵਾਪਸੀ ਦੇ ਸੰਕੇਤ ਦੇ ਦਿੱਤੇ ਨੇ। ਹਾਲਾਂਕਿ ਡਾਕਟਰ ਗਾਂਧੀ ਨੇ ਕੁਝ ਸ਼ਰਤਾਂ ਰੱਖੀਆਂ ਨੇ, ਪਰ ਉਹਨਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਅਤੇ ਬਾਕੀ ਦੀਆਂ ਪਾਰਟੀਆਂ ਨੂੰ ਗੱਲਬਾਤ ਲਈ ਜੀ ਆਇਆਂ ਆਖਿਆ। ਡਾਕਟਰ ਗਾਂਧੀ ਨੇ ਸ਼ਰਤ ਰੱਖੀ ਕਿ ਜਿਹੜੀ ਪਾਰਟੀ ਪੰਜਾਬ ਨੂੰ ਖੁਦ ਮੁਖਤਿਆਰੀ ਦਵਾਉਣ ਜਾਂ ਦੇਣ ਦੇ ਹੱਕ ਵਿੱਚ ਏ, ਉਹ ਕਦੇ ਵੀ ਉਹਨਾਂ ਨਾਲ ਸੰਪਰਕ ਕਰ ਸਕਦੀ ਏ। ਇਸ ਦੇ ਨਾਲ ਹੀ ਡਾਕਟਰ ਗਾਂਧੀ ਨੇ ਪਾਣੀਆਂ ਦਾ ਮੁੱਦਾ ਅਤੇ ਚੰਡੀਗੜ੍ਹ ਸਣੇ ਪੰਜਾਬੀ ਬੋਲਦੇ ਇਲਾਕਿਆਂ ਬਾਰੇ ਵੀ ਕਈ ਤਰ੍ਹਾਂ ਦੀਆਂ ਸ਼ਰਤਾਂ ਰੱਖੀਆਂ ਨੇ। ਆਮ ਆਦਮੀ ਪਾਰਟੀ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਨੂੰ ਬਣਾਇਆ ਗਿਆ। ਉਹਨਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਤੋਂ ਟੁੱਟੇ ਹੋਏ ਜਿਹੜੇ ਉਹਨਾਂ ਪੁਰਾਣੇ ਸਾਥੀ ਨੇ ਉਹਨਾਂ ਨੂੰ ਅਸੀਂ ਵਾਪਸ ਲੈ ਕੇ ਆਵਾਂਗੇ। ਤੁਹਾਡੇ ਨਾਲ ਕੋਈ ਰਾਬਤਾ ਕਾਇਮ ਹੋਇਆ ਕਿਸੇ ਪ੍ਰਕਾਰ ਦਾ ਆਮ ਆਦਮੀ ਪਾਰਟੀ ਦੇ ਨਾਲ? ਨਹੀਂ, ਮੇਰਾ ਕੋਈ ਰਾਬਤਾ ਤਾਂ ਨਹੀਂ ਕਾਇਮ ਹੋਇਆ, ਪਰ ਸਿਆਸਤ ਵਿੱਚ ਸੰਵਾਦ ਹਮੇਸ਼ਾ ਚੱਲਦਾ ਰਹਿੰਦਾ ਹੈਗਾ। ਜੇ ਕੋਈ ਵਿਅਕਤੀ ਜਾਂ ਕੋਈ ਦੋਸਤ ਜਾਂ ਕੋਈ ਪਾਰਟੀ ਸੰਵਾਦ ਕਰਨਾ ਚਾਹੁੰਦੀ ਹੈਗੀ ਹੈ, ਮੇਰੇ ਵਿਚਾਰ ਜਾਣਨਾ ਚਾਹੁੰਦੀ ਹੈ, ਤਾਂ ਮੈਂ ਖੁੱਲ੍ਹੇ ਮਨ ਨਾਲ ਉਹਨਾਂ ਨਾਲ ਆਪਣਾ ਕੋਈ ਕਿਸੇ ਵੀ ਸਿਆਸਤ ਦੇ ਮਾਮਲੇ 'ਚ ਜਾਂ ਆਮ ਆਦਮੀ ਪਾਰਟੀ ਹੋਵੇ ਚਾਹੇ ਕੋਈ ਹੋਰ ਕੋਈ ਸੰਗਠਨ ਹੋਵੇ, ਮੈਂ ਮੇਰਾ ਬੜਾ ਖੁੱਲ੍ਹਾ ਮਨ ਹੈਗਾ ਔਰ ਮੈਂ ਵਿਚਾਰ ਕਰਨ ਨੂੰ ਤਿਆਰ ਹੈਗਾ। ਸਵਾਲ ਸਿਰਫ ਇਹ ਹੈ ਕਿ ਪੰਜਾਬ 'ਚ ਕਿਹੜੀ ਸਿਆਸਤ ਕਾਰਗਰ ਸਾਬਤ ਹੋਊਗੀ? ਜਿਹੜੀ ਪੁਰਾਣੀ ਰਵਾਇਤੀ ਸਿਆਸਤ ਹੈ ਜਿਹਦਾ ਕੇਂਦਰ ਬਿੰਦੂ ਸੈਂਟਰ ਰਹਿੰਦਾ ਹੈਗਾ, ਚਾਹੇ ਉਹ ਕਾਂਗਰਸ ਦੀ ਹੈ, ਚਾਹੇ ਉਹ ਭਾਜਪਾ ਦੀ ਹੈ, ਚਾਹੇ ਉਹ ਹੁਣ ਇਸ ਵੇਲੇ ਅਕਾਲੀ ਦਲ ਵੀ ਭਾਜਪਾ ਦੀ ਗੋਦੀ 'ਚ ਬੈਠਾ ਹੈਗਾ, ਉਹ ਵੀ ਕੇਂਦਰੀਵਾਦੀ ਸਿਆਸਤ ਦਾ ਹਿੱਸਾ ਹੈਗਾ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ। ਜਿਹੜੀ ਇਹ ਰਾਸ਼ਟਰਵਾਦੀ ਸਿਆਸਤ ਹੈ ਨਾ, ਉਹਦੇ ਤੋਂ ਜਿਹੜੇ ਉਹਦੇ ਉਲਟ, ਉਹਦੇ ਬਰਕਸ, ਜਿਹੜੀ ਪੰਜਾਬ ਪੱਖੀ ਸਿਆਸਤ ਹੈ ਜਾਂ ਪੰਜਾਬ ਦੇ ਹਿਤੈਸ਼ੀਆਂ ਦੀ ਜਾਂ ਪੰਜਾਬ ਦੇ ਜੋ ਮਤਲਬ ਕੇਂਦਰਿਤ ਇੱਕ ਸਿਆਸਤ ਹੈਗੀ ਹੈ, ਜਿਹਦੇ ਪੰਜਾਬ ਦੇ ਅਧਿਕਾਰਾਂ ਦੀ ਗੱਲ ਹੈਗੀ ਹੈ, ਪੰਜਾਬ ਦੇ ਪਾਕਿਸਤਾਨ ਨਾਲ ਸੰਬੰਧਾਂ ਦੀ ਗੱਲ ਹੈਗੀ ਹੈ, ਪੰਜਾਬ ਦੇ ਪਾਣੀਆਂ ਦੀ ਗੱਲ ਹੈਗੀ ਹੈ, ਪੰਜਾਬ ਦੇ ਪਣਬਿਜਲੀ ਪ੍ਰੋਜੈਕਟਾਂ ਦੀ ਗੱਲ ਹੈਗੀ ਹੈ, ਪੰਜਾਬ ਦੇ ਜਿਹੜੇ ਮਤਲਬ ਪੰਜਾਬੀ ਬੋਲਦੇ ਇਲਾਕੇ ਜਾਂ ਸਾਡੀ ਰਾਜਧਾਨੀ ਚੰਡੀਗੜ੍ਹ ਦਾ ਮਾਮਲਾ ਹੈਗਾ। ਇਹ ਸਾਰੇ ਮਾਮਲਿਆਂ 'ਤੇ ਮਤਲਬ ਕੋਈ ਵੀ ਕਿਸੇ ਨਾਲ ਗੱਲ ਕਰਨ ਨੂੰ ਤਿਆਰ ਹੈ, ਔਰ ਪੰਜਾਬ ਪੱਖੀ ਜੇ ਕੋਈ ਪਾਰਟੀ ਸਟੈਂਡ ਲੈਂਦੀ ਹੈਗੀ ਹੈ ਕੇਂਦਰੀਵਾਦੀ ਸਿਆਸਤ ਤੋਂ ਖਹਿੜਾ ਛੜਾ ਕੇ, ਜਾਂ ਮਤਲਬ ਜੋ ਫੈਡਰਲ ਇੰਡੀਆ, ਜਿਹਨੂੰ ਆਪਾਂ ਬਹੁਤ ਚਿਰ ਤੋਂ, ਮੈਂ ਪਿਛਲੇ 4 ਸਾਲ ਤੋਂ ਰੌਲਾ ਪਾ ਰਿਹਾ ਕਿ ਮੁਲਕ ਦਾ ਭਵਿੱਖ, ਪੰਜਾਬ ਦਾ ਭਵਿੱਖ ਇੱਕ ਜਮਹੂਰੀ ਭਾਰਤ, ਜਮਹੂਰੀ ਅਤੇ ਫੈਡਰਲ ਭਾਰਤ ਵਿੱਚ ਹੈਗਾ, ਨਾ ਕਿ ਕੇਂਦਰੀਵਾਦੀ ਭਾਰਤ ਵਿੱਚ ਹੈਗਾ ਹੈ। ਸੋ ਜਿਹੜੀ ਮੁਲਕ ਸੈਂਟਰਲਾਈਜੇਸ਼ਨ ਦੀ ਜਿਹੜੀ ਕੇਂਦਰੀਵਾਦ ਦੀ ਪ੍ਰਕਿਰਿਆ ਲਗਾਤਾਰ ਵੱਧ ਰਹੀ ਹੈਗੀ ਹੈ, ਔਰ ਰਾਜਾਂ ਦਾ ਅਧਿਕਾਰ ਲਗਾਤਾਰ ਖੋਹੇ ਜਾ ਰਿਹਾ ਹੈ, ਕਦੀ ਵਿੱਦਿਆ ਰਾਜਾਂ ਕੋਲ ਸੀਗੀ, ਅੱਜ ਉਹ ਸਮਵਰਤੀ ਸੂਚੀ 'ਚ ਪਾ ਕੇ ਕੇਂਦਰ ਕੋਲ ਚੱਲ ਗਈ, ਕਦੀ ਸਿਹਤ ਰਾਜਾਂ ਕੋਲ ਸੀਗੀ, ਅੱਜ ਸਮਵਰਤੀ ਸੂਚੀ 'ਚ ਪਾ ਕੇ ਸਿਹਤ ਰਾਜਾਂ ਕੋਲ ਚੱਲ ਗਈ। ਜਿਹਦੀ ਪਾਣੀ ਹੈਗਾ ਹੈ, ਵਾਟਰ ਰਿਸੋਰਸਿਸ ਹੈ, ਇਹਦਾ ਮਾਲਕੀ ਪੰਜਾਬ ਦੀ ਸੀਗੀ, ਉਹ ਸੈਂਟਰ ਲੈ ਗਿਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ, ਪਣਬਿਜਲੀ ਪ੍ਰੋਜੈਕਟ ਰਾਜਾਂ ਦਾ ਵਿਸ਼ਾ ਸੀਗਾ, ਉਹ ਸੈਂਟਰ ਲੈ ਗਿਆ ਹੈਗਾ। ਸੋ ਜਿਹੜੇ ਰਾਜ ਹੈ ਲਗਾਤਾਰ ਨਤਾਣੇ ਨਮਾਣੇ ਅਤੇ ਮਤਲਬ ਬੇਵਸ ਕੀਤੇ ਜਾ ਰਹੇ ਹੈ, ਔਰ ਕੇਂਦਰ ਲਗਾਤਾਰ ਤਕੜਾ ਹੋ ਰਿਹਾ ਸਿਆਸੀ ਤੌਰ 'ਤੇ ਵੀ ਅਤੇ ਆਰਥਿਕ ਤੌਰ 'ਤੇ ਵੀ, ਅਤੇ ਜੇ ਜੀ ਰਹਿੰਦੀ ਹੁੰਦੀ ਕਸਰ ਕੱਢਤੀ ਜੀ ਐੱਸ ਟੀ ਨੇ। ਸੋ ਇਹ ਜੇ ਜਿਹੜਾ ਇਹ ਹਿੰਦੁਸਤਾਨ ਦਾ 70 ਸਾਲ ਦਾ ਜੋ ਸਿਆਸਤ ਹੈਗੀ ਹੈ, ਜੋ ਰਾਜਾਂ ਨਾਲ ਜੋ ਕੁਛ ਹੋਇਆ ਹੈਗਾ ਹੈ, ਕਿਵੇਂ ਰਾਜਾਂ ਦੇ ਜੋ ਇੱਕ ਫੈਡਰਲ ਇੰਡੀਆ ਵਿੱਚ ਜੋ ਰਾਜਾਂ ਦੇ ਅਧਿਕਾਰ ਸੀਗੇ,
ਜੋ ਰਾਜ ਸੂਚੀ ਸੀਗੀ ਹੌਲੀ ਹੌਲੀ ਖੋ ਕੇ ਕੇਂਦਰ ਆਪਣੇ ਅਧਿਕਾਰ ਹੇਠ ਲੈ ਗਿਆ, ਜਿਹਦੇ ਨਤੀਜੇ ਵਜੋਂ ਕੇਂਦਰ ਤਕੜਾ ਹੋਇਆ ਹੈਗਾ ਔਰ ਰਾਜ ਕਮਜ਼ੋਰ ਹੋਏ ਹੈ। ਜੇਕਰ ਇਸ ਜਿਹੜਾ ਇਹ 75 ਸਾਲ ਦਾ ਇੰਤਜ਼ਾਮ ਹੈਗਾ ਹੈ, 70 ਸਾਲ ਦੀ ਸਿਆਸਤ ਹੈ, ਜਿਹਨੂੰ ਬਦਲਣ ਵਾਸਤੇ ਕੋਈ ਪੰਜਾਬ ਪੱਖੀ ਸਿਆਸਤ ਜਾਂ ਪੰਜਾਬ ਸੈਂਟਰਿਕ। ਇਸ ਦੌਰਾਨ ਡਾਕਟਰ ਗਾਂਧੀ ਦੇ ਨਿਸ਼ਾਨੇ 'ਤੇ ਅਕਾਲੀ ਦਲ ਅਤੇ ਹੋਰ ਰਵਾਇਤੀ ਪਾਰਟੀਆਂ ਵੀ ਰਹੀਆਂ। ਡਾਕਟਰ ਗਾਂਧੀ ਨੇ ਅਕਾਲੀ ਦਲ ਨੂੰ ਹਿੰਦੂਤਵ ਏਜੰਡੇ ਵਾਲੀ ਪਾਰਟੀ ਕਰਾਰ ਦਿੰਦਿਆਂ ਕਿਹਾ ਕਿ ਹੁਣ ਅਕਾਲੀ ਦਲ ਪੂਰੀ ਤਰ੍ਹਾਂ ਭਾਜਪਾ ਦੀ ਗੋਦੀ ਵਿੱਚ ਜਾ ਬੈਠਿਆ, ਜਿਹੜਾ ਕਿ ਪੰਜਾਬ ਲਈ ਮਾਰੂ ਸਿੱਧ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਨੂੰ ਮੁੜ ਤੋਂ ਲੀਹਾਂ 'ਤੇ ਲਿਆ ਕੇ ਖੜ੍ਹਾ ਕਰਨਾ ਹੈ ਤਾਂ ਪੰਜਾਬ ਨੂੰ ਕੇਂਦਰ ਸ਼ਾਸਿਤ ਪਾਰਟੀਆਂ ਤੋਂ ਛੁੱਟ ਕੇ ਕਿਸੇ ਖੇਤਰੀ ਪਾਰਟੀ ਦੇ ਹੱਥਾਂ ਵਿੱਚ ਦੇਣਾ ਹੋਵੇਗਾ। ਪੰਜਾਬ ਕੇਂਦਰ ਕਿਸੇ ਵੇਲੇ ਅਕਾਲੀ ਦਲ ਨੇ ਪੰਜਾਬ ਕੇਂਦਰ ਸਿਆਸਤ ਕੀਤੀ ਹੈ ਔਰ ਕੁਝ ਅੰਸ਼ਕ ਪ੍ਰਾਪਤੀਆਂ ਵੀ ਕੀਤੀਆਂ ਹੈਗੀਆਂ। ਪੰਜਾਬੀ ਸੂਬਾ ਮੋਰਚਾ ਲਾਇਆ, ਪਾਣੀਆਂ ਦਾ ਮੋਰਚਾ ਲਾਇਆ, ਹੋਰ ਇਹਨਾਂ ਨੇ ਗੁਰਦੁਆਰਾ ਸੁਧਾਰ ਲਿਆ ਜਾਂ ਹੋਰ ਬਹੁਤ ਸਾਰੇ ਮੁੱਦੇ ਇਹਨਾਂ ਨੇ ਪੰਜਾਬ ਦੇ ਹੱਕ 'ਚ ਉਭਾਰੇ ਹੈਗੇ ਆ। ਉਸ ਤੋਂ ਬਾਅਦ 80ਵੀਆਂ ਤੋਂ ਬਾਅਦ ਲਗਾਤਾਰ ਅਕਾਲੀ ਦਲ ਇੱਕ ਕੇਂਦਰੀਵਾਦੀ ਪਾਰਟੀ ਜਿਹੜੀ ਕਿ ਹਿੰਦੂਤਵਾਦ ਏਜੰਡਾ ਹਿੰਦੂ ਰਾਸ਼ਟਰਵਾਦ ਬਣਾਉਣਾ ਚਾਹੁੰਦੀ ਹੈਗੀ ਹੈ ਉਹਨੂੰ ਲੈ ਕੇ ਆ ਗਿਆ ਹੈਗਾ ਔਰ ਉਹਦੇ ਨਾਲ ਨੱਥੀ ਹੋ ਗਿਆ ਹੈਗਾ, ਨੱਥੀ ਨਹੀਂ ਹੋਇਆ ਉਹਦੀ ਗੋਦੀ ਜਾ ਕੇ ਬੈਠ ਗਿਆ ਹੈਗਾ। ਜਿਸ ਤਰ੍ਹਾਂ ਅਕਾਲੀ ਦਲ ਨੇ CAA ਦੇ ਮਾਮਲੇ ਵਿੱਚ ਕਸ਼ਮੀਰ ਨਾਲ ਜੋ ਇੱਕ ਚੰਗਾ ਭਲਾ ਰਾਜ ਸੀਗਾ ਉਹਨੂੰ ਤੋੜ ਕੇ ਦੋ ਕੇਂਦਰੀ ਸ਼ਾਸਤ ਜਿਹੜੇ ਪ੍ਰਦੇਸ਼ ਹੈਗੇ ਆ ਯੂਨੀਅਨ ਟੈਰੀਟਰੀ ਬਣਾਉਣ 'ਚ ਹੱਕ 'ਚ ਵੋਟ ਪਾਈ ਹੈਗੀ ਹੈ CAA ਦੇ, ਜਿਹੜਾ ਕਿ ਬੜਾ ਹੀ ਲੋਕਾਂ ਨੂੰ ਧਰਮ ਦੇ ਨਾਂ 'ਤੇ ਵੰਡਣ ਦਾ ਅਤੇ ਮੁਸਲਮਾਨਾਂ ਦੇ ਸਿਹਤ ਕਾਨੂੰਨ ਹੈਗਾ ਉਹਨਾਂ ਨੂੰ ਦੋਮਦਰਦੀ ਦਾ ਨਾਗਰਿਕ ਬਣਾਉਣ 'ਤੇ ਤੁਲਿਆ ਹੋਇਆ ਉਸ ਕਾਨੂੰਨ ਦੇ ਹੱਕ 'ਚ ਵੋਟ ਪਾਈ ਹੈਗੀ ਹੈ। ਸੋ ਇਹ ਸਾਰੇ ਗੱਲਾਂ ਦੱਸਦੀਆਂ ਕਿ ਅਕਾਲੀ ਦਲ ਹੁਣ ਪੰਜਾਬ ਪੱਖੀ ਪਾਰਟੀ ਨਹੀਂ ਰਿਹਾ ਹੈਗਾ, ਪੰਜਾਬ ਕੇਂਦਰ ਸ਼ਾਸਤ ਦਾ ਪੱਲਾ ਇਹਨੇ ਛੱਡ ਦਿੱਤਾ ਹੈਗਾ ਔਰ ਪੰਜਾਬ ਨੂੰ ਬਿਦਾਵਾ ਲੱਗ ਗਿਆ ਹੈਗਾ। ਅਜਿਹੇ ਮਾਹੌਲ 'ਚ ਇੱਕ ਖਲਾਅ ਹੈਗਾ ਹੈ, ਉਸ ਖਲਾਅ 'ਚ ਅਸੀਂ ਜਿਹੜੇ ਪੰਜਾਬ ਪੱਖੀ ਲੋਕ ਹੈ, ਮੈਂ ਹੋਵਾਂ, ਖਹਿਰਾ ਸਾਹਿਬ ਹੋਣ ਜਾਂ ਮਤਲਬ ਛੋਟੇਪੁਰ ਸਾਹਿਬ ਹੋਣ ਜਾਂ ਬੈਂਸ ਸਾਹਿਬ ਹੋਣ, ਅਸੀਂ ਲੋਕਾਂ ਨੂੰ ਬੇਨਤੀ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਆਓ ਆਪਾਂ ਪੰਜਾਬ ਪੱਖੀ ਬਦਲ ਸਾਰੀਏ ਅਤੇ ਪੰਜਾਬ ਨੂੰ ਇਹਨਾਂ ਸਾਰੀਆਂ ਕੇਂਦਰੀਵਾਦੀ ਪਾਰਟੀਆਂ ਜਿਹਨਾਂ ਦੀ ਬਾਗਡੋਰ ਦਿੱਲੀਓਂ ਹਿਲਦੀ ਹੈਗੀ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਅਕਾਲੀ ਭਾਜਪਾ ਗਠਜੋੜ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈਗੀ, ਜੇ ਆਮ ਆਦਮੀ ਪਾਰਟੀ ਇਸ ਗੱਲ 'ਤੇ ਸਹਿਮਤ ਹੋ ਜਾਂਦੀ ਹੈ ਕਿ ਪੰਜਾਬ ਨੂੰ ਪਾਣੀ ਦਾ ਮੁਆਵਜ਼ਾ ਮਿਲਣਾ ਚਾਹੀਦਾ ਰਾਜਸਥਾਨ ਤੋਂ, ਹਰਿਆਣੇ ਤੋਂ, ਦਿੱਲੀ ਤੋਂ, ਮੈਨੂੰ ਕਿਤੇ ਰਾਜ ਹੈਗਾ, ਮੈਂ ਆਈ ਵੀ ਫਸਟ ਜੋ ਕਹਿੰਦੀ ਕਿ ਰਾਜਾਂ ਦੇ ਅਧਿਕਾਰ ਚਾਹੀਦੇ ਹੈਗੇ ਹੈ, ਸੰਵਰਤੀ ਸੂਚੀ ਜਿਹੜੀ ਹੈ ਉਹਦੇ 'ਚ ਉਸ ਖਤਮ ਹੋਣੀ ਚਾਹੀਦੀ ਹੈ ਔਰ ਜਿੰਨੀਆਂ 4 ਮਹਿਕਮੇ ਛੱਡ ਕੇ ਰੇਲ ਮੰਤਰਾਲਾ, ਵਿੱਤ ਮੰਤਰਾਲਾ, ਵਿਦੇਸ਼ ਮੰਤਰਾਲਾ ਅਤੇ ਰੱਖਿਆ ਮੰਤਰਾਲਾ, ਇਹ ਸਾਰੇ ਬਾਕੀ ਦੇ ਜਿਹੜੇ ਮੰਤਰਾਲੇ ਹੈਗੇ ਆ ਉਹ ਰਾਜਾਂ ਦੀ ਸੂਚੀ 'ਚ ਆਉਣੀ ਚਾਹੀਦੀ ਹੈ। ਕਣਕਣ ਸੂਚੀ ਖਤਮ ਹੋਣੀ ਚਾਹੀਦੀ ਹੈ, ਰਾਜ ਦੀ ਸੂਚੀ, ਕੇਂਦਰ ਦੀ ਸੂਚੀ, ਜਿਵੇਂ ਅਮਰੀਕਾ 'ਚ ਹੈ, ਕੈਨੇਡਾ 'ਚ ਹੈ, ਫੈਡਰਲ ਗੌਰਮੈਂਟ ਹੈਗੀ ਹੈ, ਪ੍ਰੋਵਿੰਸ਼ੀਅਲ ਗੌਰਮੈਂਟ ਹੈਗੀ ਹੈ, ਕੋਲੰਬੀਆ ਹੋਵੇ, ਬ੍ਰਿਟਿਸ਼ ਕੋਲੰਬੀਆ ਹੋਵੇ, ਚਾਹੇ ਸਰੀ ਹੋਵੇ, ਮਤਲਬ ਉਹਨੇ ਆਪਣੀ ਹੈਗੀ ਹੈ। ਸੋ ਇਸ ਤਰ੍ਹਾਂ ਮਤਲਬ ਜੇ ਕੋਈ ਪਾਰਟੀ ਮੇਰੇ ਨਾਲ, ਜੇ ਜਮਹੂਰੀਅਤ 'ਤੇ ਆਮ ਆਦਮੀ ਪਾਰਟੀ ਵੀ ਮੋਸਟ ਵੈਲਕਮ, ਜਿਹੜੇ ਆਪਣੇ ਜਰਨੈਲ ਸਿੰਘ ਆਏ ਆ ਮੇਰੀ ਚੰਗੀ ਤਰ੍ਹਾਂ ਵਾਕਫ ਨੇ, ਦੋਸਤ ਨੇ ਉਹ, ਅਸੀਂ ਕਿਹੜਾ ਕੋਈ ਦੁਸ਼ਮਣ ਇੱਕ ਦੂਜੇ ਦੇ, ਅਤੇ ਉਹ ਅਜੇ ਇਸ ਗੱਲ 'ਤੇ ਆਉਂਦੇ ਨੇ ਕਿ ਭਾਰਤ ਸੰਘੀ ਭਾਰਤ ਹੈਗਾ, ਇੱਥੇ ਅਲੱਗ ਅਲੱਗ ਵਿਲੱਖਣਤਾਵਾਂ ਨੇ, ਭਾਸ਼ਾਈ ਵਿਲੱਖਣਤਾਵਾਂ ਨੇ, ਇਲਾਕਾਈ ਵਿਲੱਖਣਤਾਵਾਂ ਨੇ, ਧਾਰਮਿਕ ਵਿਲੱਖਣਤਾਵਾਂ ਨੇ, ਕੌਮੀ ਵਿਲੱਖਣਤਾਵਾਂ ਨੇ, ਸੱਭਿਆਚਾਰਕ ਵਿਲੱਖਣਤਾਵਾਂ ਨੇ, ਨਸਰੀ ਵਿਲੱਖਣਤਾਵਾਂ ਨੇ, ਇਹ ਵਿਲੱਖਣਤਾਵਾਂ ਦਾ ਮੁਲਕ ਹੈਗਾ। ਇੱਥੇ ਕੇਂਦਰੀਵਾਦੀ ਸਿਆਸਤ ਨਹੀਂ ਚੱਲ ਸਕਦੀ ਹੈਗੀ ਹੈ। 70 ਸਾਲ ਜੇ ਪੰਜਾਬ 'ਚ ਪੱਠਾ ਬੈਠਿਆ, ਪੰਜਾਬ 1 ਨੰਬਰ ਤੋਂ ਉੱਤੇ ਲੈ ਕੇ 26 ਨੰਬਰ 'ਤੇ ਗਿਆ ਤਾਂ ਕੇਂਦਰ ਦੇ ਧੱਕਿਆਂ ਕਰਕੇ, ਅਤੇ ਇੱਥੋਂ ਜੇ 2 ਰਾਜ ਕਰਦਾ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ, ਇਹਨਾਂ ਦੀ ਲੁੱਟ ਸੁੱਟ ਕਰਕੇ, ਮਾਫੀਆ ਰਾਜ ਕਰਕੇ ਜਿਵੇਂ ਪੰਜਾਬ ਨੂੰ ਨੰਗੇ ਤਾੜਿਆਂ ਨੇ ਲੁੱਟਿਆ ਹੈਗਾ, ਲੁੱਟਿਆ, ਕੁੱਟਿਆ, ਚੱਟਿਆ, ਚੁੰਡਿਆ, ਜੋ ਪੰਜਾਬ ਦਾ ਹਸ਼ਰ ਕੀਤਾ ਹੈਗਾ ਉਹ ਸਭ ਦੇ ਸਾਹਮਣੇ ਹੈਗਾ। ਸੋ ਇਸ ਸਿਆਸਤ ਨੂੰ ਪੁਛਲ ਮੋੜਾ ਦੇਣਾ ਹੈਗਾ ਜਾਂ ਪਿੱਛੇ ਨੂੰ ਮੋੜਨਾ ਹੈਗਾ ਜੇ ਨੱਕਾ ਲਾਉਣਾ ਹੈਗਾ ਤਾਂ ਜ਼ਰੂਰੀ ਹੈ ਕਿ ਅੱਜ ਪੰਜਾਬ ਨੂੰ ਖੁਦ ਕਿ ਪੰਜਾਬ ਕੇਂਦਰਿਤ ਪਾਰਟੀ, ਇੱਕ ਖੇਤਰੀ ਪਾਰਟੀ, ਇੱਕ ਅਕਾਲੀ ਦਲ ਤੋਂ ਵੱਖਰੀ ਖੇਤਰੀ ਪਾਰਟੀ ਉਹ ਹੋਣ ਜਾਵੇ। ਦੱਸਣਯੋਗ ਹੈ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਹਾਈਕਮਾਨ ਨੇ ਮਨੀਸ਼ ਸਿਸੋਦੀਆ ਨੂੰ ਪੰਜਾਬ ਇੰਚਾਰਜ ਤੋਂ ਲਾਂਭੇ ਕਰਕੇ ਸਿੱਖ ਚਿਹਰੇ ਜਰਨੈਲ ਸਿੰਘ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਸੀ।
ਪਾਰਟੀ ਵੱਲੋਂ ਪੰਜਾਬ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਜਰਨੈਲ ਸਿੰਘ ਨੇ ਕਿਹਾ ਸੀ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਜਰਨੈਲ ਸਿੰਘ ਨੇ ਇਹ ਵੀ ਕਿਹਾ ਸੀ ਕਿ ਉਹ ਪਾਰਟੀ ਤੋਂ ਰੁੱਸੇ ਹੋਏ ਲੀਡਰਾਂ ਨੂੰ ਵੀ ਮਨਾਉਣ ਦਾ ਯਤਨ ਕਰਨਗੇ। ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਡਾਕਟਰ ਧਰਮਵੀਰ ਗਾਂਧੀ ਨੇ ਜਰਨੈਲ ਸਿੰਘ ਨੂੰ ਜੀ ਆਇਆਂ ਆਖਿਆ। ਫਿਲਹਾਲ ਇਸ ਜੀ ਆਇਆਂ ਦਾ ਆਮ ਆਦਮੀ ਪਾਰਟੀ ਕਿਹੋ ਜਿਹਾ ਜਵਾਬ ਦਿੰਦੀ ਹੈ ਇਹ ਵੀ ਦੇਖਣਾ ਹੋਵੇਗਾ। ਪਟਿਆਲਾ ਤੋਂ ਅਮਰਜੀਤ ਸਿੰਘ, ਪੰਜਾਬੀ ਲੋਕ ਚੈਨਲ।